ਉਧਰ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸਤੀਏ ਕਿ ਪੰਜਾਬੀ ਜਿੱਥੇ ਜਾਂਦੇ ਆ ਆਪਣੀ ਤਾਕੀ ਪਾਉਂਦੇ ਆ ਲੇਕਿਨ ਹੁਣ ਜਿਹੜੇ ਇਹ ਪੰਜਾਬੀ ਅਮਰੀਕਾ 'ਚ ਫੜੇ ਗਏ ਇਹਨਾਂ ਨੇ ਤੇ ਸਾਰੇ ਪੰਜਾਬੀਆਂ ਨੂੰ ਸ਼ਰਮਸਾਰ ਹੀ ਕਰ ਦਿੱਤਾ ਹੈਗਾ ਆ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਤੋਂ ਕੈਨੇਡਾ ਦਾਖਲ ਹੋਰੇ ਦੋ ਪੰਜਾਬੀ ਟਰੱਕ ਡਰਾਈਵਰਾਂ ਕੋਲ 37.50 ਹਜ਼ਾਰ ਡਾਲਰ ਦੀ ਕੁਕੀਨ ਬਰਾਮਦ ਕੀਤੀ ਗਈ। ਕਸਟਮ ਵਿਭਾਗ ਨੇ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ ਤੇ ਇੱਕ ਟਰੱਕਨ ਦੀ ਤਲਾਸ਼ੀ ਵਾਸਤੇ ਰੋਕਿਆ ਗਿਆ ਜਿਸ ਵਿੱਚੋਂ ਕੁਕੀਨ ਦੇ 115 ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਕੁੱਲ ਵਜ਼ਨ 275 ਪਾਉਂਡ ਬੰਦਾ ਹੈ। ਟਰੱਕ ਵਿੱਚ ਸਵਾਰ ਦੋ ਜਣਿਆਂ ਦੀ ਸ਼ਰਾਕਤ ਕੀਤੀ ਜਾ ਚੁੱਕੀ ਗਈ ਹੈ ਜੋ ਕਿ ਪੰਜਾਬੀ ਸਾਨ ਮੁੱਖ ਪੜਤਾਲ ਦੌਰਾਨ ਇਹਨਾਂ ਦੋਵਾਂ ਨੇ ਦੱਸਿਆ ਕਿ ਉਹ 7 ਸਾਲ ਤੋਂ ਟਰੱਕ ਚਲਾ ਰਹੇ ਨੇ ਤੇ ਅਕਸਰ ਟਰੱਕ ਲੈ ਕੇ ਅਮਰੀਕਾ ਤੇ ਢੇਗਾ ਲਾਉਂਦੇ ਨੇ ਕਈ ਵਾਰ ਹਫਤੇ ਵਿੱਚ ਇੱਕ ਢੇਗਾ ਅਮਰੀਕਾ ਤੋਂ ਕੈਨੇਡਾ ਤੋਂ ਰਿਕਾ ਵੱਲ ਲੱਗ ਜਾਂਦਾਗਾ ਅਧਿਕਾਰੀਆਂ ਵੱਲੋਂ ਇੱਕ ਫੋਨ ਵੀ ਬਰਾਮਦ ਕੀਤਾ ਗਿਆ ਜੋ ਕਿ ਟਰੱਕ ਵਿੱਚ ਬਣੇ ਇੱਕ ਲੁਕਵੇ ਕੰਪਾਰਟਮੈਂਟ ਨੂੰ ਖੋਲਣ ਅਤੇ ਬੰਦ ਕਰਨ ਵਿੱਚ ਵਰਤਿਆ ਜਾਂਦਾ ਸੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦਾ ਮੰਨਣਾ ਕਿ ਇਹ ਨੌਜਵਾਨ ਜਿਹੜੇ ਹੈ ਆ ਵੱਡੇ ਪੱਤਰ ਦੇ ਉੱਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਦੇ ਸਨ ਜਿਸ ਦੇ ਮੱਦੇ ਨਜ਼ਰ ਦੋਹਾਂ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਦੀ ਕੀਤੇ ਗਏ ਹਨ ਅਤੇ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਪੰਜਾਬੀ ਟਰੱਕ ਡਰਾਈਵਰਾਂ ਦਾ ਇਹ ਕੋਈ ਪੇਲੀ ਗਿਫਤਾਰੀ ਨਹੀਂ ਹੈ ਪਿਛਲੇ ਬਹੁਤ ਸਾਲਾਂ ਤੋਂ ਇੱਥੇ ਬਹੁਤ ਸਾਰੇ ਪੰਜਾਬੀ ਜਿਹੜੇ ਹੈਗੇ ਆ ਇਸ ਤਰੰਦੇ ਦੇ ਨਾਲ ਜੁੜੇ ਹੋਏ ਆ ਜੋ ਕਿ ਸਮੇਂ-ਸਮੇਂ ਦੇ ਨਾਲ ਸੜ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਾ ਸੁੱਟਿਆ ਜਾਂਦਾ ਲੇਕਿਨ ਇਹ ਨੌਜਵਾਨ ਜਿਹੜੇ ਹੈਗੇ ਕੁਝ ਇਹ ਅਜੇ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੇ ਜਿਦਾ ਮਿਆਜਾ ਇਹਨਾਂ ਨੂੰ ਤੇ ਪੂਤਰਾ ਪਿੱਦਾ ਨਾਲ ਦੂਜਿਆਂ ਉੱਤੇ ਵੀ ਨੂੰ ਵੀ ਇਸ ਬਾਰੇ ਸ਼ਰਮਸਾਰ ਹੋਣਾ ਪੈਂਦਾ ਗਿਆ ਹੁਣ ਸਰਕਾਰ ਵੱਲੋਂ ਇਹ ਉੱਤੋਂ ਦੇ ਦੇਸ਼ ਵੱਲੋਂ ਵੱਡਾ ਜੁਰਮਾਨਾ ਕੀਤਾ ਜਾਏਗਾ ਕਿ ਨਾਲ ਦੇ ਨਾਲ ਮੋਟੀ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਲੇਕਿਨ ਹਾਲਾਤ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਵੀ ਲੋਕ ਪੈਸੇ ਪਿੱਛੇ ਲੱਗ ਕੇ ਲੋਕਾਂ ਦੇ ਘਰ ਬਰਬਾਦ ਕਰਦੇ ਪੀਣ ਨਸ਼ੇ ਨੂੰ ਵੇਚਦੇ ਪਏ ਨੇ ਕਾਗਜ਼ੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਵੀ ਇਹੋ ਹਰਕਤਾਂ ਕਰਕੇ ਦੂਜਿਆਂ ਨੂੰ ਵੀ ਸ਼ਰਮਸਾਰ ਕਰਦੇ ਨੇ